ਲਵ ਬੁਆਏ ਸ਼ੁਕਰ ਕਰ ਮੇਰਾ ਭਰਾ ਹਾਲੇ ਜ਼ਾਲ ਸਿਰਫ ਝੜਾ ਲੈਂਦੀ ਵੀ ਮੈਂ ਤਾਂ ਇਹ ਜਿਹੇ ਸ਼ੋਧਨ ਜਵਾਨਾਂ ਦੀਆਂ ਤਸਵੀਰਾਂ ਵੀ ਡਿੱਠੀਆਂ ਜਿਹੜੇ ਸ਼ੋਧੇ ਜੰਗਾਂ ਬਹੀਂ ਬਣਵਾ ਕੇ ਹਸਪਤਾਲ ਹੀ ਪੈਨ ਕਹਿਣ ਦੀ ਅੱਖ ਨਿਕਲ ਗਈ ਅਤੇ ਕਹਿਣ ਦਾ ਹੱਥ ਬਣਾ ਗਏ ਅਤੇ ਕਹਿੰਦੇ ਸਿਰ 'ਤੇ ਦਰੋਮੜੇ ਬਣੇ ਪੈਣ ਅਤੇ ਕਹਿੰਦੀਆਂ ਲੱਤਾਂ ਬਣੀਆਂ ਪਈਆਂ ਅਤੇ ਕਹਿੰਦੇ ਇਹੋ ਅਤੇ ਹਾਲੇ ਸਿਰਫ ਝੜਾ ਲੈਂਦੀ ਵੀ ਅਤੇ ਮੇਰਾ ਭਰਾ ਝੜਾ ਹੁਣ ਜਿਹੜਾ ਹੁੰਦਾ ਨਾ ਉਹ ਆਗਾਜ਼ ਹੁੰਦਾ ਹੁਣ ਹੌਸਲਾ ਕਰੇ ਅਤੇ ਆਪਣੀਆਂ ਆਦਤਾਂ ਠੀਕ ਕਰ ਚਾਹੇ ਨਾ ਠੀਕ ਹੈ ਨਾ ਜਿਹੜੇ ਤੂੰ ਜਿਹੜਾ ਅਗਲਾ ਸਟੈਪ ਆਉਂਦਾ ਨਾ ਉਹਦੇ 'ਚ ਵੱਧ ਬੰਦੇ ਦਾ ਕੋਈ ਹਾਲ ਨਹੀਂ ਬਜਾ ਅਤੇ ਮੈਂ ਆਦੀ ਅਗਲੇ ਸਟੈਪ ਤੋਂ ਬਚਵਾਂ ਅਤੇ ਮੇਰਾ ਭਰਾ ਜਿਹੜੀ ਜ਼ਾਲ ਹੁੰਦੀ ਹੈ ਨਾ ਇਹ ਉਹ ਵਾਹਿਦ ਬਿਮਾਰੀ ਹੈ ਮੇਰੇ ਭਰਾ ਜਿਹਦੀ ਅੱਜ ਤੱਕ ਦਿਵਾ ਆਜ਼ਾਦ ਨਹੀਂ ਥੀ ਠੀਕ ਹੈ ਨਾ ਅਤੇ ਜਿਹੜੀ ਸ਼ਾਇਦ ਨਾ ਜ਼ਾਲ ਹੈ ਨਾ ਉਹਦੇ ਨਾਲ ਨਾ ਤੁਸਾਂ ਮੁਜ਼ਾਕਰਾਤ ਕਰ ਸਕਦੇ ਵੇ ਨਾ ਤੁਸਾਂ ਉਹਦੇ ਨਾਲ ਜੰਗ ਕਰ ਸਕਦੇ ਵੇ ਅਤੇ ਇਹ ਵਾਸਤੇ ਮੇਰਾ ਭਰਾ ਬਚ ਬਚਾ ਕੇ ਠੀਕ ਹੈ ਨਾ ਤੂੰ ਉਵੇਂ ਵੀ ਵਧੇ ਪਾਕਿਸਤਾਨ ਦੁਬਈ ਵਧਿਆ ਸੋਰੀ ਜ਼ਾਲ ਵਧੀ ਵੀ ਪਾਕਿਸਤਾਨ ਦੁਨੀਆਂ ਦਾ ਖੁਸ਼ਕਿਸਮਤ ਤਰੀਨ ਇਨਸਾਨ ਹੈ ਕਦਾਂ ਕਦਾਂ ਦੇ ਦੇ ਜ਼ਾਲ ਤੋਂ ਅਤੇ ਬਾ ਜਿਹੜੇ ਡਿੱਠਾ ਨਾ ਅਤੇ ਬਿਸਮਿਲਾ ਕਰਕੇ ਅਤੇ ਜੀਓ ਜੀ ਹਜ਼ੂਰੀ ਠੀਕ ਹੈ ਨਾ ਕਦਾਂ ਕਦਾਂ ਗਿਆ ਹਰ ਸਾਲ ਹੀ ਨਾ ਗਿਆ ਕਰ ਪਾਕਿਸਤਾਨ ਸਾਲ ਦੂ ਬਾਅਦ ਗਿਆ ਕਰ ਹਾਂ ਪੈਸੇ ਜ਼ਰੂਰ ਭੇਜੇ ਕਰ ਠੀਕ ਹੈ ਨਾ ਹਰ ਮਹੀਨੇ ਪੈਸੇ ਬਾਕਾਇਦਗੀ ਨਾਲ ਭੇਜੇ ਠੀਕ ਹੈ ਅਤੇ ਜ਼ਾਲ ਦਾ ਥੋੜ੍ਹਾ ਐਕਸਟਰਾ ਖਰਚਾ ਵੀ ਕੋਈ ਭੇਜ ਛੋੜਾ ਕਰ ਠੀਕ ਹੈ ਜਿਹੜੇ ਜਿਹੜਾ ਲਾਵੇ ਨਾ ਕੋਈ ਥੋੜ੍ਹੇ ਪੈਸੇ ਠੀਕ ਭੇਜ ਛੋੜੇ ਕਰ ਅਤੇ ਉਹਨੂੰ ਚਾਰ ਪਿਆਰ ਭਰੇ ਲਾਪਸੀ ਆ ਕਰ ਅਤੇ ਜ਼ਾਲ ਹੀ ਤਾਂ ਮੇਰਾ ਕੋਈ ਇਲਾਜ ਕਾ ਨਹੀਂ ਸ਼ੁਕਰ ਹੈ ਮੇਰੀ ਜ਼ਾਲ ਕਾ ਨਹੀਂ ਮੈਂ ਤਾਂ ਕਹਾਂ ਕਹਿੰਦਾ ਅੱਲਾਹ ਤਾਂ ਮੈਂ ਸ਼ੁਕਰਾਨੇ ਨਫਲ ਪੜ੍ਹਦੀ ਹਾਂ ਮੈਂ ਤਾਂ ਮੇਰਾ ਮਾਲਿਕ ਤੇਰਾ ਲੱਖ ਸ਼ੁਕਰ ਹੈ ਮੇਰੀ ਜ਼ਾਲ ਕਾ ਨਹੀਂ ਮੈਂ ਜ਼ਾਲ ਦੇ ਬਗੈਰ ਸੋਚ ਅਗਰ ਮੇਰੀ ਜ਼ਾਲ ਹੋਇਆ ਤਾਂ ਮਾਸੀ ਕਿੱਥਾਂ ਬੈਠੀ ਹੋ ਗਿਆ ਇਹ ਟਾਈਮ ਅਤੇ ਕੋਈ ਨਹੀਂ ਮੈਨੂੰ ਬਛੜਾ ਇਹ ਜਿਹੜਾ ਮਸਲਾ ਹੈ ਨਾ ਇੰਟਰਨੈਸ਼ਨਲ ਮਸਲਾ ਇਹ ਸਿਰਫ ਤੇਰੇ ਇੱਕ ਬੰਦੇ ਦਾ ਮਸਲਾ ਨਹੀਂ ਅਤੇ ਜਿਹੜੇ ਮਸਲੇ ਇੰਟਰਨੈਸ਼ਨਲ ਹੁੰਦੇ ਨਾ ਉਹਨਾਂ 'ਤੇ ਪਰੇਸ਼ਾਨ ਨਹੀਂ ਥੀਂਦਾ ਇਹ ਕੌਮੀ ਮਸਲਾ ਹੈ ਬਲਕਿ ਕੌਮੀ ਨਹੀਂ ਇਹ ਬੈਨ ਅਲਾਕਵਾਮੀ ਮਸਲਾ ਹੈ ਠੀਕ ਹੈ ਨਾ ਇਹ ਅਗਰ ਇਤਨੀਆਂ ਕੌਮਾਂ ਮਿਲ ਕੇ ਇਹਦਾ ਹੱਲ ਨਹੀਂ ਕੱਢਾ ਤਾਂ ਮਾਸੀ ਕਿੱਥੋਂ ਹੱਲ ਕਰ ਸੀ ਜ਼ਾਲ ਦਾ ਮੇਰਾ ਕੋਈ ਹੱਲ ਕਰ ਨਹੀਂ ਸ਼ੁਕਰੀਆ।